Merton la caméra la plali. Quoi il est là? ਸਸਿਕਾਲ ਜੀ ਸਾਡਾ ਹਰਪਿੰਦਰ ਆ ਗਿਆ 3 ਵਜੇ ਇੱਥੇ ਕਲਾਸ ਲਾ ਕੇ ਸੋ ਪਹਿਲਾਂ ਤਾਂ ਇਹਦਾ ਹਾਫ ਡੇ ਸੀ ਹੁਣ ਹਾਫ ਡੇ ਦਾ ਵੀ ਹਾਫ ਹੋ ਗਿਆ ਨਹੀਂ ਨਹੀਂ ਤਾਂ ਮੈਂ ਹੁਣ ਬਸ ਉਹਦੇ ਸ਼ਾਰਟ ਲੈਣਾ ਆਇਆ ਕੋਈ ਚੱਕਰ ਨਹੀਂ ਦਿੰਦੇ ਨਾਲ ਆਪਣਾ ਕੋਈ ਚੱਕਰ ਨਹੀਂ ਹੈਗਾ ਸੋ ਕਰ ਰਹੇ ਆ ਸ਼ੂਟ ਕਰਨਾ ਵੀਰੇ ਦਾ ਬਹੁਤ ਹੀ ਘੈਂਟ ਸੌਂਗ ਆ ਉਦਾਂ ਵੀਰੇ ਦੇ ਹੁੰਦੇ ਹੀ ਸਾਰੇ ਗਾਣੇ ਵਧੀਆ ਮੈਨੂੰ ਲੱਗਦਾ ਨਹੀਂ ਗਾ ਕੋਈ ਗਾਣਾ ਇੱਦਾਂ ਦਾ ਕਿ ਯਾਰ ਵਧੀਆ ਨਹੀਂ ਗਾਇਆ ਗੁਰਨਾਮ ਨੇ ਮੈਂ ਵੀ ਨਹੀਂ ਸੁਣਿਆ ਕਦੇ ਵੀ ਕਿਸੇ ਨੇ ਇੱਦਾਂ ਗਾਇਆ ਸਾਰੇ ਹੀ ਗਾਣੇ ਵਧੀਆ ਹੁੰਦੇ ਆ ਪਰ ਇਹ ਵੀ ਗਾਣਾ ਬਹੁਤ ਵਧੀਆ ਬਾਕੀ ਇਹ ਗਾਣਾ ਅਸੀਂ ਡਾਇਮੰਡ ਦੇ ਜੋ ਨਕਸ਼ੇ ਕਦਮਾਂ ਦੇ ਚੱਲ ਰਹੇ ਮੈਂ ਵਾਲ ਵੀ ਉਵੇਂ ਕਟਾਇਆ ਵਾਲ ਸਪੈਸ਼ਲੀ ਗੱਲ ਮੈਂ ਦਾੜੀ ਉਸੇ ਬੰਦੇ ਨੂੰ ਕਟਾ ਕੇ ਆਇਆ ਜਿਹਨੇ ਡਾਇਮੰਡ ਦੀ ਸੋ ਹੋਪਫੁਲੀ ਇਹ ਸਾਡਾ ਡਾਇਮੰਡ ਵਾਂਗੂ ਹੀ ਤੁਸੀਂ ਪਿਆਰ ਦਿਓ ਇਸ ਸ਼ੋਅ ਦੀ ਚਾਹਨੇ ਆ ਦੇਖਦੀ ਆ ਨਾ ਇਹ ਦੇਖਦੀ ਵੀ ਇਹ ਕਿਉਂ ਦੇਖੀ ਜਾਂਦਾ ਹਨਾ ਇਹਨੇ ਐਂ ਕਰਕੇ ਫੋਨ ਤੇ ਲੱਗਾ ਰਹਿੰਦਾ ਹੱਥ ਜਿਹਾ ਫੜ ਕੇ ਕੈਮਰਾ ਇਹਦਾ ਕੰਮ ਸਭ ਮੈਂ ਸਵੇਰੇ ਸ਼ੂਟ ਤੇ ਆਇਆ ਹਾਂਜੀ ਤੇ ਅਸੀਂ ਨਿਕਲ ਗਏ ਕਿੱਥੇ ਨਿਕਲ ਗਏ ਅਸੀਂ ਉੱਥੇ ਗਏ ਉੱਥੇ ਗਏ ਉੱਥੇ ਗਏ ਉੱਥੇ ਗਏ ਉੱਥੇ ਗਏ ਉੱਥੇ ਗਏ ਉੱਥੇ ਆਲ ਦਾ ਬੈਸਟ ਸਾਨੂੰ ਫਸਟ ਟੇਕ ਦੇ ਲਈ ਸੀਨ ਦੇ ਲਈ ਥੈਂਕ ਯੂ ਠੀਕ ਹੈ ਜੀ ਚੱਕ ਦਿਓ ਫਟੇ ਕਰਾਂ ਦੀ ਪਰਫਾਰਮੈਂਸ ਦੱਸੀ ਵੀਰੇ ਤੁਸੀਂ ਕੁੜੀ ਕੁੜੀ ਵੱਲ ਦੇਖਣ ਦੀ ਹਾਂ ਗਾਣ ਕਰੋ ਬਾਵਾਂ ਹਾਂ ਸੋ ਅੱਜ ਅਸੀਂ ਜੀ ਅਰਲੀ ਰੈਪ ਕਰਤਾ ਸਰ ਕੁੜੀ ਗਗਨ ਇਹਨੇ ਪਹਿਲੀ ਵਾਰ ਕੰਮ ਕੀਤਾ ਬਹੁਤ ਕੰਮ ਵਧੀਆ ਕੰਮ ਕੀਤਾ ਗੁੱਡ ਜੋਬ ਐਂਡ ਗੁਰਨਾਮ ਵੀਰਾ ਇਜ਼ ਆਲਵੇਜ਼ ਕੈਂਟ ਸਾਡੀ ਟੀਮ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਚਿੰਗਾ ਲਾਲਾ ਇੱਧਰ ਸਟਾਰ ਨੂੰ ਦਿਖਾਓ ਇਹ ਗੁੱਸੇ ਹੋ ਜਾਂਦੇ ਨੇ ਤਾਂ ਉਹ ਦੂਜਾ ਖੁਸ਼ੀ ਪੈ ਜਾਂਦੀ ਯਾਰ ਤੂੰ ਤਾਂ ਓਕੇ ਰੈਪ ਫੋਰ ਦਾ ਡੇ ਖੁਦ ਪੁੱਛੋ ਉਹਨਾਂ ਦੇ ਪੁੱਛੋ ਜਰੂਰ ਦੇਖੋ ਤੁਸੀਂ ਵੀਰੇ ਬੂਟ ਪਾਏ ਨੇ ਵੈਸੇ ਤਾਂ ਆਪਾਂ ਕਹਿੰਦੇ ਇੱਥੇ ਬੂਟ ਪਾ ਕੇ ਆਈ ਨਹੀਂ ਹੁੰਦਾ ਹੈਗਾ ਤੁਹਾਨੂੰ ਲੱਗਦਾ ਉਹ ਅਸੀਂ ਕਿਤੇ ਵੀ ਆ ਸਕਦੇ ਆ ਓਏ ਬੂਟ ਪਾ ਕੇ ਉਹ ਬੜੀ ਚਲਾਕ ਹੈ ਯਾਰ ਜਦੋਂ ਨੇ ਮੈਂ ਦੇਖਿਆ ਪਿੱਛੇ ਨਾ ਸਨੈਪਚੈਟ ਕੱਟ ਛੱਡ ਕੇ ਉਹ ਕੰਟਰੈਕਟ ਜਿਹਾ ਖੋਲ ਲਿਆ ਨਹੀਂ ਓਏ ਆਂਟੀ ਤਾਂ ਐ ਖਾਲੀ ਕਵੀ ਖੁਸ਼ੀ ਕਵੀ ਕਮ ਤੇ ਸ਼ਾਹਰੁਖ ਖਾਨ ਬੈਕ ਆਉਂਦਾ ਕਰੇ ਸਾਹਮਣੇ ਗੁੱਸਾ ਇਦਾਂ ਮੈਂ ਮਾੜਾ ਵਧੀਆ ਕੀਤਾ ਵਧੀਆ ਮੈਂ ਸਹੀ ਸੀ ਵੀਰੇ ਹਾਂ ਉਹਨੇ ਮੈਂ ਆਂਟੀ ਨੂੰ ਦੱਸਿਆ ਮੈਂ ਕਿਹਾ ਥੋੜਾ ਗੁੱਸਾ ਕਰਨਾ ਚਲੋ
ਅੰਦਰ ਕਿਉਂ ਨਹੀਂ ਬੁਲਾਇਆ ਕੁੜੀ ਨੂੰ? ਕਿੰਨੀ ਸੋਹਣੀ ਕੁੜੀ ਹੈ, ਐਵੇਂ ਤੰਗ ਕੀਤਾ ਹੋਇਆ ਤੂੰ। ਬਾਸੀਆਂ ਨੀਂਦਰ ਪੂਰੀ ਦੱਬ ਕੇ ਯਾਰ ਬਸ ਕਰ, ਹੁਣ ਬਹੁਤ ਹੋ ਗਈ। ਓਕੇ ਜੀ, ਸਾਡਾ ਹੋ ਗਿਆ ਸ਼ੂਟ, ਉਹਨਾਂ ਨੂੰ ਪਤਾ ਕਹਿ ਸਕਦੇ ਆ ਵੀ 60% ਹੋ ਗਿਆ, 60% ਹੋ ਗਿਆ ਸ਼ੂਟ, 60% ਹੋ ਗਿਆ ਤੇ ਬੈਂਕ ਬੋਲਣ ਗਏ ਮੈਂ 40 ਰਹਿ ਗਿਆ, 40 ਰਹਿ ਗਿਆ ਬਸ। ਤੇ ਘੈਂਟ ਵੈਦਰ ਦੇਖੋ, ਵਾਹ ਜੀ ਵਾਹ, ਕਿਆ ਮੌਸਮ, ਕਿਆ ਲੋਕੇਸ਼ਨ, ਕਿਆ ਸ਼ੂਟ ਹੋ ਰਿਹਾ। ਗਾਣਾ ਬਹੁਤ ਹੀ ਬੰਬ ਹੈ, ਤੁਹਾਨੂੰ ਸੁਣ ਕੇ ਬਹੁਤ ਘੈਂਟ ਲੱਗਣਾ ਹੈ। ਆਪਣਾ ਕਿਹਦੀ ਵੀਡੀਓ ਉਹਦੀ? ਅੱਛਾ ਗੁਰਨਾਮ ਦੀ। ਓਕੇ, ਹੋਰ ਕਿਹਦੀ? ਰਗੀਤ ਦੀ। ਓਕੇ, ਉਹ ਯਾਰ ਦੋ, ਓਕੇ ਚੌਥੀ, ਠੀਕ ਠੀਕ ਜੀ। ਓਕੇ, ਉਹ ਡੇਢ ਦਿਨ 'ਚ ਕਰ ਦਿਆਂਗੇ, ਅੜਾ ਅੱਧਾ ਦਿਨ ਬਚ ਗਿਆ, ਉਹ ਦੂਜੀ ਚੀਜ਼ ਸ਼ੁਰੂ ਕਰ ਲਾਂਗੇ। ਹਾਂ, ਰਾਤ ਜਿਹੜੀ ਰਾਤ ਆ ਉਹ ਆਪਾਂ ਕਬੀਰ ਨੂੰ ਲਾ ਦਾਂਗੇ, ਕਬੀਰ ਨੂੰ ਅਗਰਸੇਵ ਚੱਲ ਜਾਊ ਦੂਜੇ ਪਾਸੇ। ਹਾਂ ਹਾਂ ਹਾਂ, ਅੱਛਾ ਡਾਲਰ ਡਾਲਰ ਕੋਈ ਨਹੀਂ, ਟੋਕਰਾ ਭੇਜਦਾ ਮੈਂ, ਟੋਕਰਾ ਟੋਕਰਾ ਟੋਕੇ ਜੀ ਆਉਂਦੇ ਜੀ, ਇੰਨੇ ਪੈਸੇ ਕਾਊਂਟਾਂ 'ਚ ਨਹੀਂ ਆਉਂਦੇ। ਸਤਿ ਸ਼੍ਰੀ ਅਕਾਲ। ਓਕੇ, ਹੋ ਗਿਆ ਬੁਕਿੰਗ? ਆਰਮੀ ਟੈਂਕ, ਜਸਟ ਸਟੈਂਡਿੰਗ ਸਟਿਲ, ਵਨ ਵਨ ਸ਼ਾਟ, ਵਨ ক্লোਜ਼ ਸ਼ਾਟ, ਵਨ ক্লোਜ਼ ਸ਼ਾਟ, ਵਨ ক্লোਜ਼ ਸ਼ਾਟ, ਛੇਤੀ ਆ ਨਹੀਂ ਕਰਨਾ। ਓਕੇ, ਮੈਂ ਦੱਸ ਦੇਣਾ ਤੇਰੇ ਬਾਰੇ। ਨੋ 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 ਨੋ, ਬਾਏ, ਐਕਸ਼ਨ। ਹਾਂ, ਨਿਕਲ ਗਿਆ ਉਹ, ਰਿਲੀਜ਼ ਜਸ ਰਿਕਾਰਡ ਕਰ ਰਹੀ ਹੈ, ਜਸ ਰਿਕਾਰਡ ਦੇ ਅਫੀਸ਼ੀਅਲ ਯੂਟਿਊਬ ਚੈਨਲ ਤੇ ਤੁਹਾਨੂੰ ਗਾਣਾ ਮਿਲੇਗਾ। ਤੇ ਬਾਕੀ ਵੀ ਦੱਸ ਦਿਓ ਵੀਰੇ, ਕਿੰਨਾ ਨੇ ਲਿਖਿਆ, ਕਿੰਨਾ ਦਾ ਮਿਊਜ਼ਿਕ ਆ? ਇਹ ਗਾਣਾ ਲਿਖਿਆ ਜੀ ਵਿੱਕੀ ਧਾਲੀਵਾਲ ਬਾਈ ਨੇ, ਵਿੱਕੀ ਧਾਲੀਵਾਲ ਬਾਈ ਨੇ ਗਾਣਾ ਲਿਖਿਆ ਤੇ ਮਿਊਜ਼ਿਕ ਕੀਤਾ ਪ੍ਰੀਤ ਹੁੰਦਲ ਬਾਈ ਨੇ। ਵੀਡੀਓ ਸੁੱਖ ਸਿੰਘ ਜਿਹੜਾ, ਵੀਡੀਓ ਤਾਂ ਤੇ ਵਲੌਗ ਜਿਹੜਾ, ਵਲੌਗ ਹਰਪਿੰਦਰ। ਸੋ ਪਹਿਲੀ ਗੱਲ, ਤੁਹਾਡੀ ਡਰੈਸ ਬਹੁਤ ਸੋਹਣੀ ਲੱਗ ਰਹੀ ਤੁਹਾਡੀ ਜੀ, ਥੈਂਕ ਯੂ। ਤੁਹਾਡਾ ਵੀ ਬਹੁਤ ਸੋਹਣਾ ਤੁਸੀਂ ਜੀ, ਮੇਕਅਪ ਫੇਸ ਸਟਾਈਲ ਬਹੁਤ ਸੋਹਣਾ ਸਾਰਾ ਕੁਝ। ਹਾਂਜੀ, ਇਟਸ ਮਾਈ ਫਰਸਟ ਐਕਸਪੀਰੀਅੰਸ ਔਰ ਮੈਨੂੰ ਬਹੁਤ 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 ਮਜ਼ਾ ਆ ਰਿਹਾ ਹੈ ਕਰਕੇ, ਔਰ ਮੈਂ ਬਹੁਤ ਕੁਝ ਸਿੱਖਿਆ, ਬਹੁਤ ਗਾਣਾ ਵੀ ਖਾਧੀਆਂ, ਬਟ ਲਾਈਕ ਇਟਸ ਅ ਲੈਸਨ ਐਂਡ ਇਟਸ ਰੀਅਲੀ ਅ ਗੁੱਡ ਐਕਸਪੀਰੀਅੰਸ, ਥੈਂਕ ਯੂ। ਨੱਚੀ ਜਾਂਦੀ ਹੈ ਤੈਨੂੰ ਕਿਹਾ? ਮੈਨੂੰ ਕੱਲੀ ਨੱਚਣਾ ਨਾ, ਮੈਂ ਚਾਹ। ਅੱਛਾ, ਕੱਲੀ ਨੱਚਣਾ? ਇੱਕ ਮਿੰਟ, ਤੂੰ ਟੋਪ ਹੀ ਨਾ ਬੜੀ। ਇੱਕ ਮਿੰਟ, ਇੱਕ ਮਿੰਟ, ਚਲੋ ਯੇ, ਥੈਂਕ ਯੂ ਸੋ ਮਚ ਜੀ, ਕਾਫੀ ਲੈ ਲਈ ਸਾਡੇ ਲਈ, ਸਾਡੀ ਕਾਫੀ ਲੈ ਕੇ ਆਏ ਤੁਸੀਂ, ਬਹੁਤ ਬਹੁਤ ਧੰਨਵਾਦ। ਮਾਈ ਬੋਡੀ ਫਿੱਟ ਹੀ ਹੈ। ਕਿਆ ਕੀ ਕਰਨਾ ਚਾਹ ਰਹੇ ਤੁਸੀਂ? ਸੋ ਸੁਖ ਸੰਗੇੜਾ ਸਾਡੀ 10+1 ਨੇ ਨਵੀਂ ਕਲੋਥਿੰਗ ਲਾਈਨ ਸ਼ੁਰੂ ਕੀਤੀ ਹੈ ਜੀ, ਇਹਦੇ ਵਿੱਚ ਮੱਛੀ ਦੀ ਅੱਖ ਮਿਲੂਗੀ ਤੁਹਾਨੂੰ, ਫਿਸ਼ ਆਏ, ਸੋ ਸਿਰਫ 30 ਡਾਲਰ।
ਨਾ ਰੇਪ ਨਹੀਂ ਰੈਪ ਰੈਪ ਸੋ ਇਟਸ ਅ ਰੈਪ ਗਾਇਸ ਇੱਕ ਸੌਂਗ ਅਸੀਂ ਹੋਰ ਬਣਾ ਦਿੱਤਾ ਸਾਡੀ ਸਾਰੀ ਟੀਮ 3 ਵਜੇ ਹੋਏ ਆ ਕਿਤੇ ਨਾ ਕਿਤੇ ਤਾਂ ਬੱਜੇ ਹੋਣਗੇ ਵਰਕਹੋਲਿਕਸ ਵਰਕਹੋਲਿਕਸ ਲਵ ਯੂ ਗਾਇਸ ਥੈਂਕ ਯੂ ਤਾੜੀਆਂ ਰੈਪ ਹੋ ਗਿਆ ਮੈਂ ਵੀ ਆਪ ਵੀ ਪਾਇਆ ਸਾਡਾ ਸ਼ੂਟ ਮੁੱਕ ਗਿਆ